ਵਾਸਤੇ ਅਸੀਂ ਆਲਰੇਡੀ ਮੀਡੀਆ ਦੇ ਵਿੱਚ ਨੰਬਰ ਫਲੈਸ਼ ਕਰ ਚੁੱਕੇ ਹਾਂ। ਹਰ ਇੱਕ ਵਾਰਡ ਵਾਈਜ਼ ਅਸੀਂ ਰਾਸ਼ਨ, ਦਵਾਈਆਂ ਅਤੇ ਸਬਜ਼ੀਆਂ, ਈਵਨ ਰੇਹੜੀ ਵਾਲਿਆਂ ਦੀ ਕਿਹੜੀ ਰੇਹੜੀ ਵਾਲੇ ਨੇ ਕਿਹੜੇ ਵਾਰਡ ਵਿੱਚ ਜਾ ਕੇ ਸਬਜ਼ੀ ਦੇਣੀ ਹੈ, ਸਭ ਕੁਝ ਦੇਣੇ, ਉਹ ਸਾਰੇ ਅਸੀਂ ਨੰਬਰ ਮੀਡੀਆ ਵਿੱਚ ਫਲੈਸ਼ ਕਰ ਚੁੱਕੇ ਹਾਂ। ਅਤੇ ਮੇਰੀ ਪਬਲਿਕ ਨੂੰ ਅਪੀਲ ਹੈ ਕਿ ਪਲੀਜ਼ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ। ਤੁਹਾਡੀ ਗਲੀ ਦੇ ਵਿੱਚ, ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਤੇ ਤੁਹਾਨੂੰ ਸਭ ਕੁਝ ਮਿਲੇਗਾ। ਉਹਨਾਂ ਨੰਬਰਸ 'ਤੇ ਤੁਸੀਂ ਫੋਨ ਕਰਕੇ ਆਪਣੇ ਔਰਡਰਸ ਪਲੇਸ ਕਰ ਸਕਦੇ ਹੋ। ਇਸ ਤੋਂ ਇਲਾਵਾ ਈਜ਼ੀ ਡੇ ਜਿਹੜਾ ਹੈਗਾ ਉਹ 12 to 6 ਡਿਲੀਵਰੀ ਕਰ ਰਿਹਾ ਘਰ ਘਰ ਵਿੱਚ ਜਾ ਕੇ, ਸੋ ਉੱਥੇ ਵੀ ਤੁਸੀਂ ਆਪਣੇ ਔਰਡਰਸ ਪਲੇਸ ਕਰ ਸਕਦੇ ਹੋ। ਜਿੱਥੋਂ ਤੱਕ ਪਿੰਡਾਂ ਦਾ ਸਵਾਲ ਹੈ, ਪਿੰਡਾਂ ਦੇ ਵਿੱਚ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕਰਾਇਆ, ਉਹਦੇ ਵਿੱਚ ਆਲਰੇਡੀ ਕੁਛ ਸਮਾਨ ਤਾਂ ਹੁੰਦਾ ਹੀ ਹੈ ਸੁਸਾਇਟੀਆਂ ਦੇ ਵਿੱਚ। ਉਸ ਤੋਂ ਇਲਾਵਾ ਅਸੀਂ ਆਲੂ, ਪਿਆਜ਼ ਕਾਫੀ ਹਿਊਜ ਕੁਆਂਟਿਟੀ ਦੇ ਵਿੱਚ ਹਰ ਇੱਕ ਸੁਸਾਇਟੀ ਦੇ ਵਿੱਚ ਰਖਵਾਏ ਨੇ। ਸੈਨੇਟਰੀ ਪੈਡਸ, ਮੈਂ ਸਪੈਸ਼ਲ ਪਟਿਆਲਾ, ਸਾਡੀ ਇੱਕ ਪਾਕਿਜ਼ਾ ਪ੍ਰੋਜੈਕਟ ਸੀਗਾ, ਉਹਦੇ ਵਿੱਚ ਸੈਨੇਟਰੀ ਪੈਡਸ ਬਣਵਾਏ ਗਏ ਸੀ, ਉਹ ਪੈਡਸ ਦੇ ਪੈਕਟਸ ਵੀ ਮੈਂ ਸੁਸਾਇਟੀਜ਼ ਦੇ ਵਿੱਚ ਰਖਵਾਏ ਨੇ। ਉਸੇ ਦੇ ਨਾਲ ਨਾਲ ਜਿਹੜਾ ਰਾਸ਼ਨ ਹੈ, ਦਾਲਾਂ, ਸਬਜ਼ੀਆਂ, ਆਟਾ, ਉਹ ਵੀ ਕੱਲ੍ਹ ਤੱਕ ਅਸੀਂ ਮਾਰਕਫੈਡ ਨੂੰ ਆਰਡਰ ਪਲੇਸ ਕੀਤਾ ਹੋਇਆ, ਸੋ ਕੱਲ੍ਹ ਤੱਕ ਹਰ ਇੱਕ ਸੁਸਾਇਟੀ ਦੇ ਵਿੱਚ ਸਫੀਸ਼ੀਐਂਟ ਨੰਬਰ ਆਫ ਸਟਾਕ ਜਿਹੜਾ ਅਵੇਲੇਬਲ ਹੋ ਜਾਏਗਾ। ਸੋ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਗਰੁੱਪ ਬਣਾਇਆ ਜਿਹਦੇ ਵਿੱਚ ਕਿ ਪੰਚਾਇਤ ਸੈਕਟਰੀ, ਕੋਆਪਰੇਟਿਵ ਸੈਕਟਰੀ, ਪਿੰਡ ਦਾ ਸਰਪੰਚ ਅਤੇ ਇੱਕ ਕੋਈ ਹੋਰ ਵਾਲੰਟੀਅਰ, ਜਿਹੜੇ ਕਿ ਪਿੰਡ ਵਿੱਚ ਘਰ ਘਰ ਜਾ ਕੇ ਉਹ ਸਮਾਨ ਦੀ ਡਿਸਟ੍ਰੀਬਿਊਸ਼ਨ ਕਰਵਾਉਣਗੇ ਡੋਰ ਟੂ ਡੋਰ। ਸੋ ਪਿੰਡਾਂ ਦੇ ਵਿੱਚ ਵੀ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਪਲੀਜ਼ ਆਪਣੇ ਘਰਾਂ ਵਿੱਚ ਰਹੋ, ਜੋ ਕੁਛ ਤੁਹਾਨੂੰ ਸਮਾਨ ਚਾਹੀਦਾ ਤੁਹਾਡੇ ਪਿੰਡ ਦੇ ਸੈਕਟਰੀ ਜਾਂ ਸਰਪੰਚ ਨੂੰ ਨੋਟ ਕਰਾ ਕੇ ਸਰਪੰਚ ਦੇ ਥਰੂ ਉਹ ਕੋਆਪਰੇਟਿਵ ਸੁਸਾਇਟੀਆਂ ਤੋਂ ਚੱਕਣਗੇ, ਜਾਂ ਫਿਰ ਜੇ ਕੋਈ ਹੋਰ ਉੱਥੇ ਕੋਈ ਜਿਹੜੇ ਸਬਜ਼ੀ ਵਾਲੇ ਨੇ, ਜਿਵੇਂ ਕੋਈ ਕਿਸਾਨ ਹੈ ਜਿਹੜਾ ਜਿਹਦੀ ਆਪਣੀ ਲੋਕਲ ਫਸਲ ਹੁੰਦੀ ਹੈ, ਤਾਂ ਉਹ ਰੇੜੇ ਦੇ ਉੱਤੇ ਆਪਣੀ ਸਬਜ਼ੀ ਰੱਖ ਕੇ ਘਰ ਘਰ ਵੇਚ ਸਕਦਾ, ਉਹਦੇ ਲਈ ਉਹਨੂੰ ਕੋਈ ਪਾਸ ਦੀ ਜ਼ਰੂਰਤ ਨਹੀਂ ਹੈਗੀ, ਆਪਣੀ ਫਸਲ ਮੰਡੀ ਵਿੱਚ ਵੀ ਉਹ ਲਿਆ ਸਕਦਾ ਹੈਗਾ। ਅਤੇ ਜਿੱਥੋਂ ਸ਼ਹਿਰ ਦੇ ਵਿੱਚ ਹੈਗੇ ਜਿਹੜੇ ਕੋਈ ਐਸੇ ਪਰਿਵਾਰ ਨੇ ਜਿਹਨਾਂ ਕੋਈ ਕੋਲ ਕੋਈ ਸਾਧਨ ਨਹੀਂ ਹੈਗਾ, ਬਿਲਕੁਲ ਹੀ ਜਿਹੜੇ ਹੈਲਪਲੈਸ ਹੋ ਗਏ, ਸੋ ਉਹਨਾਂ ਨੂੰ ਉਹਦੇ ਜਿਹੜੀ ਵੱਖ ਵੱਖ ਸੰਸਥਾਵਾਂ ਨੇ ਉਹਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਪਲੀਜ਼ ਕਿਸੇ ਵੀ ਤਰ੍ਹਾਂ ਦਾ ਪੱਕਿਆ ਹੋਇਆ ਜਿਹੜਾ ਖਾਣਾ ਹੈ, ਯਾਨੀ ਕਿ ਲੰਗਰ ਸੇਵਾ, ਉਹ ਨਾ ਲਗਾਉਣ। ਉਹਦੇ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਹੋ ਸਕਦਾ, ਕਿਉਂਕਿ ਕੁਛ ਹੱਥ ਪਹਿਲਾਂ ਉਹਨਾਂ ਨੂੰ ਪਕਾਉਂਦੇ ਨੇ, ਉਸ ਤੋਂ ਬਾਅਦ ਫਿਰ ਉਹਨੇ ਹੀ ਹੱਥ ਉਹਨਾਂ ਨੂੰ ਡਿਸਟ੍ਰੀਬਿਊਟ ਕਰਦੇ ਨੇ। ਸੋ ਇਸ ਕਰਕੇ ਮੇਰੀ ਸੰਸਥਾਵਾਂ ਨੂੰ ਵੀ ਇਹੀ ਅਪੀਲ ਹੈ ਕਿ ਪਲੀਜ਼ ਜੇਕਰ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ ਲਈ ਸੁੱਕੇ ਰਾਸ਼ਨ ਦੇ ਜਿਹੜੇ ਪੈਕਟਸ ਨੇ ਉਹ ਬਣਵਾਏ ਜਾਣ, ਲੋੜ ਪੈਣ 'ਤੇ ਲੋੜਵੰਦ ਵਿਅਕਤੀਆਂ ਨੂੰ ਅਸੀਂ ਉਹ ਪੈਕਟ ਜਿਹੜੇ ਨੇ ਉਹ ਡਿਸਟ੍ਰੀਬਿਊਟ ਕਰਾਵਾਂਗੇ। ਸੋ ਆਪਣੇ ਘਰਾਂ ਵਿੱਚੋਂ ਨਾ ਨਿਕਲੋ, ਆਪਣੇ ਘਰ ਰਹੋ, ਕਿਸੇ ਵੀ ਤਰ੍ਹਾਂ ਦਾ ਲੰਗਰ ਪਕਾਉਣ 'ਤੇ ਵੰਡਾਉਣ 'ਤੇ ਸਖ਼ਤ ਮਨਾਹੀ ਜਿਹੜੀ ਉਹ ਮੇਰੇ ਵੱਲੋਂ ਕੀਤੀ ਗਈ। ਹਾਂਜੀ ਬਿਲਕੁਲ ਜੀ, ਅਸੀਂ ਆਪਣੇ ਆਫਿਸ ਤੋਂ ਪਾਸਿਸ ਜਾਰੀ ਕੀਤੇ ਨੇ, ਕਰਫਿਊ ਪਾਸਿਸ। ਸੋ ਜਿਨ੍ਹਾਂ ਕੋਲ ਕਰਫਿਊ ਪਾਸ ਹੈਗਾ, ਸਿਰਫ ਉਹਨੇ ਘੰਟੇ ਦਾ ਵੀ ਅਸੀਂ ਪਾਸ ਟਾਈਮ ਵੀ ਪਾ ਰਹੇ ਹਾਂ ਉੱਪਰ ਕਿ ਕਿੰਨੇ ਘੰਟੇ ਵਾਸਤੇ ਉਹਨੂੰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਸੋ ਮੇਰੀ ਪੁਲਿਸ ਨੂੰ ਵੀ ਅਪੀਲ ਹੈ ਕਿ ਲੋਕਾਂ ਦੇ ਪਾਸਿਸ ਚੈੱਕ ਕਰਨ, ਜਿਨ੍ਹਾਂ ਕੋਲ ਪਾਸ ਨਹੀਂ ਹੈਗਾ ਉਹਨਾਂ ਦੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਜਿਹੜੀ ਆ ਉਹ ਕਰਨ। ਸਿਰਫ ਮੈਡੀਕਲ ਗਰਾਊਂਡ, ਜਿਨ੍ਹਾਂ ਦੇ ਐਕਸਟ੍ਰੀਮ ਮੈਡੀਕਲ ਗਰਾਊਂਡ ਦੇ ਉੱਤੇ ਹੀ ਕਰਫਿਊ ਪਾਸਿਸ ਜਾਰੀ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਕੋਈ ਦਵਾਈ ਲੈਣ ਜਾਣਾ ਹੈ ਸਿਰਫ ਉਹਨਾਂ ਪਰਪਸਿਸ ਲਈ। ਉਸ ਤੋਂ ਇਲਾਵਾ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ, ਪਲੀਜ਼ ਆਪਣੇ ਘਰਾਂ ਵਿੱਚ ਰਹੋ, ਬਿਨਾਂ ਕਿਸੇ ਰੀਜ਼ਨ ਦੇ ਘਰਾਂ ਤੋਂ ਬਾਹਰ ਨਾ ਨਿਕਲੋ। ਆਉਣ ਵਾਲੇ ਕੁਝ ਦਿਨ 'ਚ ਬਰਸਾਤ ਦਾ ਵੀ ਫੋਰਕਾਸਟ ਹੈਗਾ, ਸੋ ਸਾਡੇ ਸਭ ਦੀ ਇਹ ਜ਼ਿੰਮੇਵਾਰੀ ਹੈ ਕਿ ਕਰਫਿਊ ਸਾਡੇ ਲਈ ਲਗਾਇਆ ਗਿਆ, ਸਰਕਾਰ ਨੇ ਤੁਹਾਡੇ ਸਭ ਦੇ ਲਈ ਲਗਾਇਆ, ਸੋ ਪਲੀਜ਼ ਆਪਣੇ ਘਰਾਂ ਵਿੱਚ ਰਹਿ ਕੇ ਸਾਡਾ ਸਹਿਯੋਗ ਦਿਓ, ਕਰਫਿਊ ਦੀ ਵਾਇਓਲੇਸ਼ਨ ਨਾ ਕਰੋ। ਸਾਡੇ ਪਾਤਨਾ ਸ਼ਹਿਰ ਵਿੱਚ ਕਾਫੀ ਸਹਿਯੋਗ ਮਿਲ ਰਿਹਾ, ਅਸੀਂ ਘਰ ਘਰ ਜਾ ਕੇ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਸ ਬਿਮਾਰੀ ਦੀ ਗੰਭੀਰਤਾ ਕੀ ਹੈਗੀ ਹੈ, ਕਿ ਲੋਕ ਆਪਣੇ ਆਪ ਹੀ ਘਰਾਂ ਦੇ ਅੰਦਰ ਰਹਿਣ, ਸਾਨੂੰ ਜ਼ਰੂਰਤ ਨਾ ਪਵੇ ਉਹਨਾਂ ਨੂੰ ਦੱਸਣ ਦੀ ਕਿ ਇਹ ਲੋਕਾਂ ਨੂੰ ਅਸੀਂ ਅੰਦਰ ਵਾੜ ਕਿਉਂ ਰਹੇ ਹਾਂ। ਅਸੀਂ ਉਹਨਾਂ ਨੂੰ ਜਾ ਕੇ ਜੇ ਸਮਝਾ ਵੀ ਰਹੇ ਹਾਂ, ਜਾਗਰੂਕ ਵੀ ਕਰ ਰਹੇ ਹਾਂ, ਪਰ ਜਿਹੜਾ ਕੋਈ ਨਹੀਂ ਸਮਝਦਾ, ਅਸੀਂ ਉਹਨਾਂ ਦੇ ਖਿਲਾਫ਼ ਸਟ੍ਰਿਕਟ ਐਕਸ਼ਨ ਲੈਣ ਲਈ ਬਿਲਕੁਲ ਸੰਕੋਚ ਨਹੀਂ ਕਰਾਂਗੇ। ਅਸੀਂ ਇਹਨਾਂ ਬਾਰੇ ਕਹਿ ਰਹੇ ਹਾਂ ਕਿ ਵੀ ਜੇ ਡਰ ਕੇ ਵੜਨਾ ਤਾਂ ਬਿਮਾਰੀ ਨੂੰ ਡਰ ਕੇ ਵੜੋ, ਸਾਨੂੰ ਦੇਖ ਕੇ ਡਰ ਕੇ ਅੰਦਰ ਵੜਨ ਦੀ ਲੋੜ ਨਹੀਂ। ਪ੍ਰਸ਼ਾਸਨ ਦਾ ਜਿਹੜਾ ਸਾਥ ਪਬਲਿਕ ਦੇ ਰਹੀ ਹੈ, ਜੋ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਜਾਂ ਸਰਕਾਰ ਕੈਪਟਨ ਸਿੰਘ ਕਰ ਰਿਹਾ ਹੈ, ਅਮਰਿੰਦਰ ਸਿੰਘ ਜੀ, ਉਹ ਪੂਰਾ ਪਬਲਿਕ ਦੇ ਫਾਇਦੇ ਵਾਸਤੇ ਹੀ ਕਰ ਰਹੇ ਨੇ। ਪਬਲਿਕ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਪੂਰਾ ਡਟ ਕੇ ਮੋਦੀ ਸਾਹਿਬ ਦਾ ਜਿਹੜਾ ਚੱਲਿਆ ਉੱਤੋਂ ਉਹਦੇ ਪੂਰਾ ਸਾਥ ਦੇ, ਸਮਝਣਾ ਚਾਹੀਦਾ, ਬਿਲਕੁਲ ਸਮਝਣਾ ਚਾਹੀਦਾ, ਪੁਲਿਸ ਦਾ ਸਾਥ ਦੇਣਾ ਚਾਹੀਦਾ। ਕਹਿ ਕੇ ਕਹਿੰਦੇ ਬਿਮਾਰੀ ਤੋਂ ਡਰ ਕੇ ਅੰਦਰ ਵੜੋ, ਸਾਡੇ ਤੋਂ ਡਰ ਕੇ ਨਹੀਂ ਵੜਨਾ, ਸਾਰੇ ਅੰਦਰ ਰਹਿਣ, ਸਭ ਨੂੰ ਮਤਲਬ ਘਰ 'ਚ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ, ਬਸ ਇਹੀ ਹੈ ਵੀ ਘਰ ਦੇ ਅੰਦਰ ਰਹਿਣ, ਬਿਲਕੁਲ ਸੋਸ਼ਲ ਆਈਸੋਲੇਸ਼ਨ ਹੀ ਮਤਲਬ ਇਸਦਾ ਹੱਲ ਹੈ।